ਜ਼ਿਲ੍ਹਾ ਫਾਜ਼ਿਲਕਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਅਬੋਹਰ ਦੇ ਇੱਕ ਪਟਵਾਰੀ ਗੁਰਵਿੰਦਰਪਾਲ ਸਿੰਘ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥ ਗ੍ਰਿਫਤਾਰ ਕੀਤਾ। ਜਾਣਕਾਰੀ ਦੇ ਮੁਤਾਬਕ ਕੁਲਦੀਪ ਸਿੰਘ ਨਾਮ ਦਾ ਇੱਕ ਕਿਸਾਨ ਜਿਸ ਦੀ ਜ਼ਮੀਨ ਦੀ ਕੁਕਰੀ ਹੋਣ ਦੇ ਕੋਰਟ ਤੋਂ ਆਰਡਰ ਜਾਰੀ ਹੋਏ ਸੀ, ਲੇਕਿਨ ਇਹ ਪਟਵਾਰੀ ਨੇ ਕੁਲਦੀਪ ਸਿੰਘ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਮਦਦ ਕਰਨ ਦੇ ਨਾਮ ਤੇ 10000 ਦੀ ਰਿਸ਼ਵਤ ਮੰਗੀ ਸੀ, ਜਿਸ ਦੇ ਮੁੱਦੇ ਹੀ ਕੁਲਦੀਪ ਸਿੰਘ ਦਾ ਪਟਵਾਰੀ ਦੇ ਨਾਲ 4000 ਰੁਪਏ ਵਿੱਚ ਸੌਦਾ ਤੈਅ ਹੋ ਗਿਆ, ਜਿਸ ਦੀ ਪੇਮੈਂਟ ਦਿੰਦੇ ਵਕਤ ਵਿਜੀਲੈਂਸ ਦੀ ਟੀਮ ਨੇ ਗੁਰਵਿੰਦਰਪਾਲ ਸਿੰਘ ਪਟਵਾਰੀ ਨੂੰ 4000 ਰੁਪਏ ਦੀ ਰਿਸ਼ਵਤ ਲੈਂਦੇ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ। ਕੁਲਦੀਪ ਸਿੰਘ ਹੈਗੇ ਸੀ ਭਾਵ ਵਾਲੇ ਤੋਂ, ਉਹਨਾਂ ਦੀ ਕੁਝ ਜ਼ਮੀਨ ਦੀ ਕੁਰਕੀ ਹੋਈ ਸੀ, ਕੋਰਟ ਵੱਲੋਂ ਆਰਡਰ ਹੋਏ ਸੀ ਜੀ। ਉਹ ਜਿਹੜੇ ਕੁਰਕੀ ਸੰਬੰਧੀ ਆਰਡਰ ਆਏ ਸੀ ਉਹ ਤਹਿਸੀਲਦਾਰ ਸਾਹਿਬ ਵੱਲੋਂ ਸੰਬੰਧਿਤ ਜਿਹੜਾ ਹਲਕਾ ਪਟਵਾਰੀ ਭਾਵ ਵਾਲੇ ਦਾ ਗੁਰਿੰਦਰਪਾਲ ਸਿੰਘ ਨੂੰ ਮਾਰਕ ਹੋਈ ਸੀ, ਅਤੇ ਉਹਦੇ 'ਚ ਡੇਟ ਐਕਸਟੈਂਡ ਕਰਵਾਉਣ ਦੇ ਬਦਲੇ ਜਾਂ ਉਹਨੂੰ ਫਾਇਦਾ ਦੇਣ ਬਦਲੇ 4000 ਰੁਪਏ ਰਿਸ਼ਵਤ ਲੈ ਮੰਗ ਕੀਤੀ ਸੀ। ਉਹ ਰੈਡ ਹੈਂਡ ਫੜਿਆ, ਉਸਦੇ ਮੁਕੱਦਮਾ ਨੰਬਰ 17 ਜਿਹੜਾ PC ਐਕਟ ਹੈ ਥਾਣਾ ਫਿਰੋਜ਼ਪੁਰ ਵਿਖੇ ਦਰਜ। ਜਿਵੇਂ ਇਹਨਾਂ ਨੇ ਬਰਾਮਦ ਕੀਤੇ ਨੇ ਮੌਕੇ ਤੋਂ, ਉਹਨਾਂ ਨੇ ਮੇਰੇ ਜੇਬ 'ਚ ਪਾਏ ਆ ਤੱਕੇ ਨਾਲ। ਹਾਂਜੀ ਜੇਬ 'ਚ ਪਾਏ ਤੱਕੇ ਨਾਲ ਉਹਨਾਂ ਨੇ। ਵੈਸੇ ਤੁਸੀਂ ਮੰਗ ਕਿੰਨੀ ਕੀਤੀ ਗਈ? ਮੈਂ ਕੋਈ ਮੰਗ ਨਹੀਂ ਕੀਤੀ, ਤਹਿਸੀਲਦਾਰ ਦਾ ਕੰਮ ਸੀ ਉਹਨਾਂ ਦਾ, ਉਹਨਾਂ ਦਾ ਕੰਮ ਤੇ ਇਹਨਾਂ ਨੇ ਮੈਂ ਉੱਥੇ ਜਾ ਕੇ ਗੱਲ ਕਰ ਲਓ, ਤੁਸੀਂ ਮਿਲੋ ਜਾ ਕੇ। ਕੱਲ੍ਹ ਵੀ ਮੰਗਵਾਏ ਸੀਗੇ ਅਤੇ ਕੱਲ੍ਹ ਉੱਥੇ ਸ਼ਾਮ ਨੂੰ ਮੰਗਵਾਏ ਨੇ, ਇਹਨਾਂ ਨੂੰ ਮੈਂ ਕਾਗਜ਼ ਫੋਟੋ ਕਾਪੀ ਦਿੱਤੀ ਹੈ। ਅੱਜ ਮੈਂ ਇਹਨਾਂ ਨੂੰ ਕਿਹਾ ਸੀ ਆਪਾਂ ਜਾ ਕੇ ਗੱਲ ਕਰ ਲਓ, ਆ ਗੱਲ ਸੀ। ਨਹੀਂ ਕੋਈ ਕਿਹੜਾ ਕੁਰਕੀ ਦਾ ਨੋਟਿਸ ਜਾਰੀ ਹੋਇਆ ਸੀ, ਕਿੰਨੀ ਜ਼ਮੀਨ ਸੀਗੀ ਇਹਨਾਂ ਕੋਲ? ਉਹਨਾਂ ਕੋਲ ਸੰਮਨ ਹੈਗੇ ਆ, ਫੋਟੋ ਕਾਪੀ ਇਹਨਾਂ ਕੋਲ ਹੈਗੀ ਹੈ, ਉਹ ਤਹਿਸੀਲਦਾਰ ਨੇ ਲਾਸਟ ਸਾਲ ਕੁਰਕੀ ਇਹਨਾਂ ਦੀ ਹੋਈ ਸੀ। ਮੇਰਾ ਹਲਕੇ ਦਾ ਪਟਵਾਰੀ ਗੁਰਵਿੰਦਰ ਸਿੰਘ ਸੀਗਾ ਜੀ, ਠੀਕ ਹੈ, ਜਿਹਨੇ ਕਿ ਮੇਰੇ ਕੁਛ ਚਿਰ ਪਹਿਲਾਂ ਮੈਂ ਲੋਨ ਲਈ ਹੋਈ ਸੀਗੀ ਜੀ, ਉਹਦੀ ਕੋਈ ਆਪਣਾ ਕੁਰਕੀ ਵਾਸਤੇ ਮੈਨੂੰ ਕੋਈ ਕਾਗਜ਼ ਆਏ ਸੀ, ਸੰਮਨ ਆਏ ਸੀਗੇ ਜੀ। ਉਹ ਮੇਰੇ ਕੋਈ ਪਿੰਡ ਦੇ ਵਿੱਚ ਨਾ ਤਾਂ ਕੁਰਕੀ ਵਾਸਤੇ ਗਿਆ ਕੋਈ, ਨਾ ਲੈਣਾ ਦੇਣਾ, ਇਹਨਾਂ ਨੇ ਉਹ ਵੈਸੇ ਹੀ ਕੁਰਕੀ ਦਾ ਬਣਾ ਕੇ ਸਿਲਸਿਲਾ ਜੀ, ਇਹਨਾਂ ਨੇ ਮੇਰੇ ਕੋਲੋਂ 5000 ਦੀ ਮੰਗ ਕੀਤੀ ਵੀ ਮੈਂ ਤੁਹਾਨੂੰ ਤਰੀਕ ਲੈ ਦੂੰਗਾ, ਤਹਿਸੀਲਦਾਰ ਤੋਂ ਐਂ ਕਰਾ ਦੂੰਗਾ ਜੀ, ਐਂ ਕਰਾ ਦੂੰਗਾ। ਫਾਜ਼ਿਲਕਾ ਤੋਂ ਕੈਮਰਾਮੈਨ ਸੁਰਿੰਦਰ ਨਾਲ ਇੰਦਰਜੀਤ ਸਿੰਘ ਦੀ ਰਿਪੋਰਟ, ਚੈਨਲ 2।